मैं मन चाओ
खड़ी तक्का घर आपने रे खड़ी तक्का आवो सजना देख भई ने
ਜਨਮ ਮਰਨ ਦੁੱਖ ਨਾ ਸਾ ਜਨਮ ਮਰਨ ਦੁੱਖ ਨਾ ਸਾ
घर आवन खड़ी तका मैं मन चा ਸੁੱਖਾਂ ਸੁੱਖ ਦੀ ਸਾਂ ਅੰਦਰ ਦੀ ਲਾਲਸਾ ਜਿਹੜੀ ਕਦੀ ਸੁੱਖਾਂ ਸੁੱਖ ਦੀ ਸਾਂ ਉਹ ਸੁੱਖ ਪੂਰੀ ਹੋ ਗਈ ਪ੍ਰਾਪਤ ਕਰ ਲਈ ਯਾਰ ਵੇ ਨਿੱਤ ਸੁੱਖ ਸੁਖੇਂਦੀ ਸਮੇ ਪਾਈ ਤੇ ਸੁੱਖਾਂ ਕੀ ਸੁੱਖ ਦੀ ਸਾਂ ਵਰ ਲੋੜੀਂਦਾ ਸੁੱਖ ਸੁਖੇਂਦੀ ਵਰ ਲੋੜੀਂਦਾ ਮਨ ਚਾਉ ਘਨੇਰਾ ਵਰ ਲੋੜੀਂਦਾ ਆਇਆ ਵੱਜੀ ਵਧਾਈ ਧਨ ਸੋਵੇਲਾ ਘੜੀ ਧਨ ਵਰ ਲੋੜੀਂਦਾ ਆਇਆ
ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲਸਾ ਧਨ ਸੋ ਦਿਨ ਸੰਜੋਗੜਾ ਮਨ ਚਾਓ ਘਨੇਰਾ ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਵੱਜੀ ਵਧਾਈ ਮਨ ਚਾਓ ਘਨੇਰਾ ਵੱਜੀ ਵਧਾਈ ਮਹਾ ਮੰਗਲ ਵੱਡੀਆਂ ਖੁਸ਼ੀਆਂ ਮਹਾਮੰਗਲ ਰਹਿਸ ਥੀਆ ਮਨ ਚਾਓ ਘਨੇਰਾ ਮਹਾਮੰਗਲ ਰਹਿਸ ਥੀਆ ਪਿਰ ਦਿਆਲ ਸਦ ਨਵ ਰੰਗੀਆ ਵੱਡ ਭਾਗ ਪਾਇਆ ਮਨ ਚਾਓ ਘਨੇਰਾ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੇ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਮਨ ਚਾਓ ਘਨੇਰਾ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਮਨ ਚਾਓ ਘਨੇਰਾ ਚਾ ਨਾਲ ਮਿਉਂਦੀ ਨਹੀਂ ਵੇਸ ਬਦਲ ਕੇ ਸ਼ਿੰਗਾਰ ਕਰਕੇ ਦਰਵਾਜ਼ੇ 'ਤੇ ਖੜ੍ਹੀ ਹਾਂ ਘਰ ਦੇ ਦਰਵਾਜ਼ੇ 'ਤੇ ਲਫ਼ਜ਼ ਆਪਾਂ ਵਿਚਾਰਨੇ ਨੇ ਰਾਤ ਵਾਲਾ ਕੱਲ੍ਹ ਵਾਲਾ ਸ਼ਬਦ ਸੀ ਉਹਦੇ ਵਿੱਚ ਮਸਲਾ ਸੀ ਕਿ ਵੈਸਾਖ ਵਾਲਾ ਸਾਖਾ ਵੇਸ ਕਰੇ ਵਿਸਾਖ ਬੜਾ ਚੰਗਾ ਹੈ
ਸੋਹਣਾ ਲੱਗਦਾ ਹੈ। ਕਿਉਂ? ਕਿਉਂਕਿ ਸਾਖਾ ਨੇ, ਟਾਹਣੀਆਂ ਨੇ ਵੇਸ ਕੀਤਾ ਹੈ, ਪਹਿਰਾਵਾ ਪਹਿਨਿਆ ਹੈ, ਭਾਵ ਪੱਤੇ ਆਏ ਨੇ। ਪਵਨ ਪਵਨਤਾ ਫੋਲੀ ਡਾਲੀ, ਕਿਉਂਕਿ ਡਾਲੀਆਂ ਨੇ, ਟਾਹਣੀਆਂ ਨੇ ਹਰਿਆਵਲ ਦਰਸਾਈ ਹੈ। ਕੋਈ ਹਰਾ ਭਰਾ ਰਸ ਅੰਦਰ ਆ ਗਿਆ ਹੈ, ਉਹਨਾਂ ਵਿੱਚੋਂ ਵੇਸ, ਉਹਦੇ ਆਉਣ ਦੀ ਨਿਸ਼ਾਨੀ ਹੈ, ਵੇਸ ਕਰ ਲਿਆ। ਪੱਤੇ ਫੁੱਟ ਬੈਠ ਕੱਲ੍ਹ ਦਾ ਸਬਜੈਕਟ ਸੀ ਅਤੇ ਵੇਸ ਅਤੇ ਸ਼ਿੰਗਾਰ ਮੈਂ ਅਰਜ਼ ਕੀਤੀ ਸੀ, ਹਮੇਸ਼ਾ ਮਿਲਾਪ ਲਈ ਹੁੰਦੇ ਨੇ। ਜਦੋਂ ਕਿਸੇ ਨੇ ਨਾ ਮਿਲਣਾ ਹੋਵੇ ਉਦੋਂ ਕੋਈ ਵੇਸ ਅਤੇ ਸ਼ਿੰਗਾਰ ਨਹੀਂ ਹੁੰਦੇ। ਰਾਤ ਮੈਂ ਲੜੀ ਜੋੜਨਾ ਚਾਹੁੰਦਾ, ਮਿਲਾਪ ਦੀ ਨਿਸ਼ਾਨੀ ਨੇ ਵੇਸ ਅਤੇ ਸ਼ਿੰਗਾਰ। ਹਾਂ, ਸਭ ਵੇਸ ਕਰੀ ਫਿਰ ਕਾਰਨ ਮਿਲਾਪ ਲਏ। ਇਸ ਲਈ ਮੈਂ ਸੰਸਾਰ ਕੁਦਰਤ ਜਿੰਨੀ ਹੈ, ਮਾਨੋ ਵਿਸਾਖ ਦੇ ਮਹੀਨੇ ਵਿੱਚ ਨਵੇਂ ਪੱਤੇ ਫੁੱਟਦੇ ਨੇ, ਨਵੀਆਂ ਟਾਹਣੀਆਂ ਫੁੱਟਦੀਆਂ ਨੇ, ਵਿਸਾਖ ਦੇ ਮਹੀਨੇ ਵਿੱਚ ਨਵੀਆਂ ਫੁਲਵਾੜੀਆਂ ਖਿੜਦੀਆਂ ਨੇ, ਫੁੱਲਾਂ ਵਿੱਚ ਖੁਸ਼ਬੂ ਪੈਦਾ ਹੁੰਦੀ ਹੈ। ਰਾਤ ਦਾ ਸਬਜੈਕਟ ਸੀ ਅਤੇ ਮਾਨੋ ਇਉਂ ਦਿਸਦਾ ਸਾਰੀ ਕੁਦਰਤ ਖਿੜ ਕੇ ਸ਼ਿੰਗਾਰ ਕੇ ਆਪਣੇ ਆਪ ਨੂੰ ਕਿਸੇ ਚਾਓ ਵਿੱਚ ਨਵੇਂ ਵੇਸ ਪਹਿਣ ਕੇ ਕਿਸੇ ਦੇ ਮਿਲਾਪ ਦੀ ਤਾਂਘ ਲੈ ਕੇ ਖਲੋਤੀ। ਲਓ, ਰਾਤ ਦਾ ਸਬਜੈਕਟ ਸੀ ਮਿਲਾਪ ਦੀ ਤਾਂਘ। ਅੱਜ ਹੁਣ ਉਸ ਚਾਓ ਦਾ, ਮਿਲਾਪ ਦਾ ਜ਼ਿਕਰ ਹੈ ਜਿਸ ਵਿੱਚ ਲਫ਼ਜ਼ ਨੇ ਆਓ ਸੱਜਣ ਹੋ ਦੇਖਾ ਦਰਸ਼ਨ ਤੇਰਾ ਰਾਉ। ਰਾਤ ਵੀ ਲਫ਼ਜ਼ ਸਨ ਕਿ ਜਦੋਂ ਹਰਿਆਵਲ ਆਈ, ਜਦੋਂ ਵੇਸ ਪਾਇਆ, ਉਦੋਂ ਹੋਇਆ ਕੀ, ਲਫ਼ਜ਼ ਸਨ। ਵਿਸਾਖ ਭਲਾ ਸਾਖਾ ਵੇਸ ਕਰੇ, ਅਗਲੀ ਲਾਈਨ ਸੀ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਧਨ ਇਸਤਰੀ ਭਾਵ ਜੀਵਾਤਮਾ, ਹਰੀ ਵੱਲ, ਪ੍ਰਭੂ ਵੱਲ ਦੇ ਦਰਵਾਜ਼ੇ ਵੱਲ ਦੇਖਦੀ ਹੈ, ਕਹਿੰਦੀ ਕਦੋਂ ਦਰਵਾਜ਼ਾ ਖੁੱਲ੍ਹੇ, ਤੂੰ ਬਾਹਰ ਨਿਕਲੇ, ਮੈਂ ਤੇਰੇ ਦਰਸ਼ਨ ਕਰਾਂ। ਮਿਲਾਪ ਦੀ ਤਾਂ ਅਤੇ ਅੱਜ ਹੁਣ, ਕਿਉਂਕਿ ਮਿਲਾਪ ਦਾ ਮਸਲਾ ਹੱਲ ਹੋ ਗਿਆ, ਇਸ ਲਈ ਚਾਓ ਪੈਦਾ ਹੋ ਗਿਆ ਅਤੇ ਲਫ਼ਜ਼ ਨੇ
आवो सज्जन हो देखा दर्शन तेरा कर आप नड़े लो छोटी छोटी गल्लां विचारन वालियां ने इत्थे अपने घर दा जिक्र है रात वाले शब्द की एक लाइन सी जिंदे विच अपने घर तो चल के प्रभु दे महल तक दा जिक्र सी क्योंकि अपने घर छोटे होंदे ने जिहड़ा वड्डा आदमी होवे उहदे घर भी वड्डे उहनूं फिर घर नहीं कहिंदे महल आखदे ने। रात एक लाइन आई सी शब्द विच ओह सी दूर न जाना दूर न जाना अंतर माना प्रभु मेरे तो दूर नहीं मैं अंदर ही देख लिया अंतर समझ लिया मेरे अंदर है पर मैं तो छोटी हाँ इसलिए मेरा घर मेरी देह तो बहुत सारी वड्डी कुदरत साढ़े संसार का एक हिस्सा है ना एक अंश है ते इसलिए मेरे को घर है ये देह। श्री गुरु ग्रंथ साहब कभी बड़ी नेड़े होके वाचो उनके विच देह नूं घर आख्या गया है घर दे कई जिक्र होए ने श्री गुरु ग्रंथ साहब विच देह भी घर है फिर इस तो बाद सिद्धांत भी घर है श्री गुरु ग्रंथ साहब के मुताबिक ये मेरा घर है पर इस घर विच रह के मैं हरी दे महल नूं पछाणे है भाव उत्थे बैठ के मैनू पता लगा भी कुदरत विद्या जिहड़ा वड्डा कमाल है उहदे विच रब रहिंदा है। कुदरत तो छोटी नहीं ना कुदरत करके वसिया सोए लो इत्थे गल फिर रुकना चाहना बहुत सारे लोग इसे गल दे भुलेखे विच ने ओह कुदरत नूं ही रब कहन लग पए ने कुदरत ही रब है उहदे विच वसण वाला है उहदा महल है कुदरत उहदा महल है ये जग सच्चे की है कोठरे सच्चे का विच वास सारा संसार उहदा महल है। इत्थे क्यों लफज ने दूर न जाना अंतर माना हर का महल पछाना इत्थे लफज महल है क्योंकि वड्डा है उहदा महल पछाण लिया मैनूं पता लग गया निरंकार संसार विच ही रहिंदा है। लो आप लिखा तां दूर हो जाणा निरंकार संसार विच ही रहिंदा किते वखरा ने कुदरत करके वसिया सोए पर कुदरत नूं कदे महल नूं किसे ने वसनीक नहीं आखिया वसनीक महल विच ना होवे ते वड्डे वड्डे राजे महाराजा दे महलां दे झंडे डाउन हो जांदे ने। ਫਰੀਦਕੋਟ ਦੀ ਇੱਕ ਵਾਰੀ ਜ਼ਿਕਰ ਕੀਤੀ ਸੀ ਉੱਥੇ ਰਿਹਾ ਜਦੋਂ ਮਹਾਰਾਜਾ ਫਰੀਦਕੋਟ ਕਿਲ੍ਹੇ ਵਿੱਚ ਆਉਂਦਾ ਸੀ ਕਿਲ੍ਹੇ ਦਾ ਝੰਡਾ ਚੜ੍ਹਦਾ ਸੀ ਜਦੋਂ
ਸ਼ਾਮ ਨੂੰ ਕਿਲ੍ਹੇ ਤੋਂ ਵਾਪਸ ਮਹਿਲਾਂ ਵਿੱਚ ਜਾਂਦਾ ਸੀ, ਉਦੋਂ ਝੰਡਾ ਨੀਵਾਂ ਕਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਮਹਿਲ ਵਿੱਚ ਜਦੋਂ ਜਾਂਦਾ ਸੀ ਝੰਡਾ ਚੜ੍ਹ ਜਾਂਦਾ ਸੀ, ਜਦੋਂ ਸਵੇਰੇ ਉੱਥੋਂ ਆਉਂਦਾ ਸੀ ਉਦੋਂ ਝੰਡਾ ਨੀਵਾਂ ਕਰ। ਝੰਡਾ ਨਿਸ਼ਾਨੀ ਹੈ ਵੀ ਮਾਲਕ ਮਹਿਲ ਵਿੱਚ ਨਹੀਂ, ਇਹਦਾ ਮਤਲਬ ਮਹਿਲ ਹੋਰ ਚੀਜ਼ ਹੈ, ਘਰ ਹੋ ਵਸਨੀਕ ਹੋਰ ਚੀਜ਼ ਹੈ। ਹਰੀ ਦਾ ਮਹਿਲ ਹੈ ਸੰਸਾਰ, ਪਰ ਸੰਸਾਰ ਨਿਰੰਕਾਰ ਨਹੀਂ, ਆ ਫਰਕ ਸਮਝਣਾ। ਕੁਦਰਤ ਉਹਦਾ ਮਹਿਲ ਹੈ, ਕੁਦਰਤ ਵਿੱਚ ਉਹ ਰਹਿੰਦਾ, ਪਰ ਕੁਦਰਤ ਨਿਰੰਕਾਰ ਨਹੀਂ। ਇਸੇ ਲਈ ਗੁਰਬਾਣੀ ਅੰਦਰ ਸਤਿਗੁਰੂ ਨੇ ਆਪਣੀ ਰਚਨਾ ਤੋਂ ਨਾਨਕ ਸ਼ਬਦ ਦੇ ਬਾਰੇ ਵੀ ਭੁਲੇਖਾ ਦੂਰ ਕਰ ਦਿੱਤਾ। ਗੁਰਬਾਣੀ ਦੀ ਇੱਕ ਲਫ਼ਜ਼ ਹੈ, ਆਪ ਨਾਰਾਇਣ ਕਲਾ ਦਾ ਹਾਰ, ਆਪ ਨਾਰਾਇਣ ਕਲਾ ਦਾ ਹਾਰ ਜਗ ਮੈਂ ਪਰਵਾਰ। ਜਦੋਂ ਨਾਰਾਇਣ ਨੇ ਜੱਗ ਵਿੱਚ ਸੰਸਾਰ ਵਿੱਚ ਵਸੋਂ ਕਰਨੀ ਸੀ, ਪ੍ਰਵੇਸ਼ ਕਰਨਾ ਸੀ, ਉਦੋਂ ਉਹਨੇ ਆਕਾਰ ਦੇ ਰੂਪ ਵਿੱਚ ਕਰਨਾ ਸੀ, ਕਿਉਂਕਿ ਸਾਰਾ ਸੰਸਾਰ ਇੱਕ ਆਕਾਰ ਹੈ ਅਤੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਨਿਰਆਕਾਰ ਹੈ, ਆਕਾਰ ਤੋਂ ਰਹਿਤ ਹੈ। ਇਸ ਲਈ ਅਗਲੀ ਲਾਈਨ ਵਿੱਚ ਕਹਿ ਦਿੱਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਾਰ। ਨਿਰੰਕਾਰ ਆਕਾਰ, ਉਹ ਜਿਹੜਾ ਨਿਰਆਕਾਰ ਸੀ ਉਹ ਹੁਣ ਆਕਾਰ ਵਿੱਚ ਦਿਸਣ ਲੱਗ ਪਿਆ। ਇਸ ਲਈ ਭਲਿਆ ਜੇ ਦਿਸਣ ਲੱਗ ਪਵੇ ਆਕਾਰ ਵਿੱਚ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਹੋ ਹੀ ਆਕਾਰ ਗਿਆ। ਇਹੋ ਕੁਝ ਗੁਰੂ ਨਾਨਕ ਦੇ ਸੰਬੰਧ ਵਿੱਚ ਹੈ। ਕਈ ਵਾਰ ਵੀਰ, ਕਿਉਂਕਿ ਅੱਜ ਦਿਹਾੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁਰਬ ਦਾ, ਆਪਾਂ ਕੁਛ ਗੱਲਾਂ ਉਹ ਜਿਹੜੀਆਂ ਸਾਨੂੰ ਗੁੰਮਰਾਹ ਵੀ ਕਰਦੀਆਂ ਨੇ ਉਹ ਵੀ ਵਿਚਾਰਨੀਆਂ ਨੇ। ਕਈ ਲੋਕ ਵੀਰ ਇਹ ਆਖਦੇ ਨੇ ਨਾਨਕ ਨੂੰ ਗੁਰੂ ਨਹੀਂ ਆਖਣਾ, ਗੁਰੂ ਨਾਨਕ ਨਹੀਂ ਆਖਣਾ, ਉਹ ਨਹੀਂ ਕਹਿੰਦੇ। ਅੱਜ ਵੀ ਹੈ, ਤੁਸੀਂ ਫੇਸਬੁੱਕ ਕੀ ਤੁਹਾਡੇ ਨਾ ਦੇਖੋਗੇ, ਕਈ ਲੋਕ ਗੁਰੂ ਨਾਨਕ ਕਹਿਣਾ ਪਸੰਦ ਨਹੀਂ ਕਰਦੇ, ਪਰ ਉਹ ਇਹ ਨਹੀਂ ਸਮਝਦੇ ਕਿ ਗੁਰੂ ਨਾਨਕ ਲਫ਼ਜ਼ ਕੋਈ ਇੱਕ ਨਹੀਂ। ਜਿਹੜੀ ਗੱਲ ਅਰਜ਼ ਕਰਨੀ, ਅੱਜ ਦਾ ਦਿਹਾੜਾ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਦਾ ਪ੍ਰਗਟ ਹੋਣ ਦਾ ਦਿਹਾੜਾ ਹੈ, ਨਹੀਂ, ਨਾਨਕ ਆਇਆ ਹੈ। ਬਾਬੂ ਦੇ, ਬਾਬੇ ਕਾਲੂ ਦੇ ਘਰ ਨਾਨਕ ਨੇ ਜਨਮ ਲਿਆ, ਉਹਦਾ ਨਾਮ ਹੀ ਨਾਨਕ, ਬਾਬੇ ਕਾਲੂ ਨੇ ਰੱਖਿਆ। ਪਰ ਉਹ ਉਹਦਾ ਘਰ ਹੈ ਮਾਲਕ ਦਾ, ਸਰੀਰ ਕਿਉਂਕਿ ਘਰ ਹੈ। ਅੱਜ ਦੇ ਦਿਹਾੜੇ ਸਰੀਰ ਨੇ ਜਨਮ ਲਿਆ ਹੈ, ਗੁਰੂ ਤਾਂ ਜਨਮਦਾ ਹੀ ਨਹੀਂ, ਗੁਰੂ ਤਾਂ ਜਨਮ ਮਰਨ ਤੋਂ ਰਹਿਤ ਹੈ, ਉਹ ਤਾਂ ਅਵਿਨਾਸ਼ੀ ਹੈ। ਫਿਰ ਅਵਿਨਾਸ਼ੀ ਜਿਹੜਾ ਹੈ ਉਹ ਕਦੀ ਜਨਮ ਮਰਨ ਵਿੱਚ ਨਹੀਂ ਆਉਂਦਾ,
ਇਸ ਲਈ ਨਾਨਕ ਨੇ ਨਹੀਂ, ਉਹਦਾ ਨਾਂ ਵੀ ਮੈਂ ਤਾਂ ਕਾਹਲੂ ਨਹੀਂ ਰੱਖਿਆ। ਇਸ ਲਈ ਜਦੋਂ ਅਸੀਂ ਵੀ ਜਨਮ ਲੈਂਦੇ ਹਾਂ, ਮਨੁੱਖ ਵੀ ਜਦੋਂ ਜਨਮ ਲੈਂਦਾ, ਉਦੋਂ ਸਾਰਾ ਨਾਮ ਜਿਹੜਾ ਸਾਡੇ ਵਿੱਚ, ਸਾਰਾ ਨਾਮ ਸਾਡੀ ਮਰਜ਼ੀ ਦਾ ਨਹੀਂ ਹੁੰਦਾ। ਦਰਸ਼ਨ ਨਾਮ ਮਾਤਾ ਪਿਤਾ ਨੇ ਰੱਖਿਆ, ਲੇਕਿਨ ਸਿੰਘ ਨਾਮ ਉਹਨਾਂ ਨੇ ਨਹੀਂ ਦਿੱਤਾ, ਸਿੰਘ ਗੁਰੂ ਦਾ ਦਿੱਤਾ ਹੋਇਆ। ਸਾਡਾ ਇੱਕ ਸਾਧਨ ਹੈ, ਸੰਯੋਗ ਹੈ। ਇਸੇ ਤਰ੍ਹਾਂ ਇੱਕ ਖਿਆਲ ਕਰਿਓ, ਨਾਨਕ ਲਫਜ਼ ਜਿਹੜਾ ਹੈ ਇਹ ਮੈਂ ਤਾਂ ਕਾਲ ਨੂੰ ਦਿੱਤਾ, ਗੁਰੂ ਨੇ, ਗੁਰੂ ਲਫਜ਼ ਨਹੀਂ ਦਿੱਤਾ, ਗੁਰੂ ਪ੍ਰਵੇਸ਼ ਕਰਦਾ। ਨਾਨਕ ਵਿੱਚ ਗੁਰੂ ਨੇ ਪ੍ਰਵੇਸ਼ ਕੀਤਾ ਹੈ, ਅਤੇ ਉਹ ਗੁਰੂ ਕਿਹੜਾ ਸ਼ਬਦ, ਸਤਿਗੁਰੂ ਬਾਰੀ ਬਾਰ ਬਾਰ ਗੁਰੂ ਨਾਨਕ ਨੇ ਆ ਕੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਨਿਰਾ ਇਹ ਨਹੀਂ ਆਖਿਆ ਆਪਣੀ ਰਸਨਾ ਤੋਂ ਕਿ ਮੇਰਾ ਸ਼ਬਦ ਗੁਰੂ ਸੁਰ ਤੁਰ ਚੇਲਾ, ਜਵਾਬ ਤਾਂ ਬੇਸ਼ੱਕ ਹੋਈ ਸੀ, ਪਰ ਇੱਕ ਇਹ ਗੱਲ ਇੱਥੇ ਸਮਾਪਤ ਨਹੀਂ ਕੀਤੀ। ਜਦੋਂ ਅੰਮ੍ਰਿਤ ਦਾ ਵੀ ਵਿਸ਼ਾ ਆਇਆ ਉਦੋਂ ਵੀ ਇੱਕ ਇਹ ਗੱਲ ਕਹਿ ਦਿੱਤੀ, ਅੰਮ੍ਰਿਤ ਇੱਕੋ ਸ਼ਬਦ ਹੈ, ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾ, ਅੰਮ੍ਰਿਤ ਇੱਕੋ ਸ਼ਬਦ ਹੈ, ਅੰਮ੍ਰਿਤ ਸ਼ਬਦ ਪੀਵੇ ਜਨ ਕੋਇ, ਅੰਮ੍ਰਿਤ ਸ਼ਬਦ ਪੀਵੇ ਜਨ ਕੋਇ, ਨਾਨਕ ਤਾਂ ਕੀ ਪਰਮ ਗਤ ਹੋਇ, ਅੰਮ੍ਰਿਤ ਸ਼ਬਦ। ਇੱਥੇ ਬਸ ਨਹੀਂ, ਕਦੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਆਮਦ ਦੇ ਸੰਬੰਧ ਵਿੱਚ ਵਿਚਾਰ ਕਰਨ ਲੱਗਿਆ ਗੁਰਬਾਣੀ ਦੀਆਂ ਇਹ ਲਾਈਨਾਂ ਵੀ ਪੜ੍ਹ ਲਈ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਤੂੰ ਆਪ ਕਥੀ ਤੈਂ ਆਪ ਵਖਾਣੀ, ਗੁਰ ਕਹਿਆ ਗੁਰ ਕਹਿਆ ਸਭ ਇੱਕੋ ਇੱਕੋ। ਗੁਰੂ ਨਾਨਕ ਨੇ ਤਾਂ ਇੱਕ ਤੋਂ ਦੂਜੇ ਦੀ ਗੱਲ ਹੀ ਨਹੀਂ ਕੀਤੀ। ਮੈਂ ਇੱਕ ਵਾਰ ਕੀਤੀ ਸੀ, ਗੁਰੂ ਨਾਨਕ ਨੂੰ ਜਦੋਂ ਪਹਿਲੇ ਦਿਨ ਸਕੂਲ ਵੀ ਪਾਦੇ ਕੋਲ ਵੀ ਭੇਜਿਆ ਗਿਆ ਨਾ, ਉਦੋਂ ਸਾਖੀਕਾਰ ਲਿਖਦਾ ਹੈ ਕਿ ਪਾਦੇ ਨੇ ਪਹਿਲੇ ਦਿਨ ਦਾ ਸਬਕ ਯਾਦ ਕਰਾਉਣ ਵਾਸਤੇ ਜਿਵੇਂ ਬੱਚੇ ਨੂੰ ਪਹਾੜੇ ਜਾਂ ਹਿੰਸੇ ਯਾਦ ਕਰਾਉਂਦੇ ਨੇ, ਆਖਿਆ ਨਾਨਕ ਆਖ ਇੱਕ, ਗੁਰੂ ਨਾਨਕ ਨੇ ਆਖਿਆ ਇੱਕ। ਉਹਨੇ ਫਿਰ ਆਖਿਆ ਆਖ ਦੋ, ਗੁਰੂ ਨਾਨਕ ਨੇ ਆਖਿਆ ਇੱਕ। ਉਹਨੇ ਫਿਰ ਆਖਿਆ ਆਖ ਦੋ, ਗੁਰੂ ਨਾਨਕ ਕਹਿੰਦਾ ਇੱਕ। ਉਹਨੇ ਸੋਚਿਆ ਵੀ ਹੋ ਸਕਦਾ ਬੱਚਾ ਛੋਟਾ ਖੌਰੇ ਇੱਕੋ ਦਿਨ ਵਿੱਚ ਬਹੁਤੇ ਅਰਫ ਯਾਦ ਨਾ ਕਰਨਾ, ਚਲੋ ਕੱਲ੍ਹ ਨੂੰ ਬਾਕੀ ਸਬਕ ਦੇਖਾਂਗੇ।
ਜਦੋਂ ਗੁਰੂ ਨਾਨਕ ਦੂਜੇ ਦਿਨ ਗਿਆ ਨਾ, ਨਾਨਕ ਨੂੰ ਫਿਰ ਆਖਿਆ ਆਖ ਇੱਕ, ਕਹਿਣ ਲੱਗਾ ਇੱਕ। ਜਦੋਂ ਉਹਨੇ ਆਖਿਆ ਆਖ ਦੋ, ਕਹਿਣ ਲੱਗਾ ਨਹੀਂ ਮੈਂ ਤਾਂ ਸਿਰਫ ਇੱਕ ਹੀ ਪੜ੍ਹਨਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦੂਜਾ ਨਹੀਂ ਔਰ ਕੋ, ਇੱਕੋ ਸਿਮਰੋ ਨਾਨਕਾ, ਦੂਜਾ ਨਹੀਂ ਕੋਈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਪੂਰਨਤਾ ਰੂਪ ਦਿੱਤੀ, ਬੇਸ਼ੱਕ ਉਸ ਦਾ ਆਰੰਭ ਗੁਰੂ ਨਾਨਕ ਤੋਂ ਹੀ ਸੀ। ਅਤੇ ਗੁਰੂ ਨਾਨਕ ਨੇ ਇਸ ਲਈ ਪਹਿਲਾ ਆਰੰਭ ਵੀ ਇੱਕ ਓਂਕਾਰ ਤੋਂ ਕੀਤਾ। ਗੁਰ ਕਹਿਆ ਸਭ ਇੱਕੋ ਇੱਕੋ, ਅਵਰ ਨਾ ਕੋਈ ਹੋਏਗਾ ਜੀਉ। ਕਹਿਣ ਲੱਗੇ ਕੋਈ ਨਾ ਪੈਦਾ ਹੋਇਆ ਨਾ ਹੋਵੇਗਾ। ਇਹ ਗੁਰੂ ਨਾਨਕ ਦਾ ਸੰਦੇਸ਼ ਸੀ। ਹੁਣ ਜ਼ਰਾ ਇੱਥੇ ਖਲੋਣਾ ਹੈ ਕਿ ਵੇਸ ਪਾ ਕੇ ਚਾਓ ਦਾ ਨਿਸ਼ਾਨ ਤਾਂ ਬਣ ਗਿਆ, ਸ਼ਿੰਗਾਰ ਕਰ ਲਿਆ, ਕਿਉਂਕਿ ਹਰ ਪੱਖ ਅਸੀਂ ਵਿਚਾਰਨਾ, ਸ਼ਿੰਗਾਰ ਕਰ ਲਿਆ, ਵੇਸ ਬਦਲ ਲਿਆ, ਜਿਹਦੀ ਨਿਸ਼ਾਨੀ ਹੈ ਕਿ ਮੈਂ ਮੇਰੇ ਮਨ ਵਿੱਚ ਕੋਈ ਚਾਓ ਹੈ ਕਿਸੇ ਦੇ ਆਉਣ ਦਾ। ਪਰ ਗੁਰੂ ਨੇ ਬਾਣੀ ਅੰਦਰ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਵੇਸੀ ਸਾਹੋ ਨਾ ਪਾਈ, ਕਿਤੇ ਇਸੇ ਭੁਲੇਖੇ ਵਿੱਚ ਨਾ ਰਹੀ ਕਿ ਵੇਸ ਬਦਲਣ ਨਾਲ, ਪਹਿਰਾਵਾ ਬਦਲਣ ਨਾਲ, ਕੇਵਲ ਬਾਣਾ ਪਾਉਣ ਨਾਲ ਹੀ ਰੱਬ ਮਿਲ ਜਾਂਦਾ ਹੈ, ਪ੍ਰਭੂ ਦਾ ਮਿਲਾਪ ਹੋ ਜਾਂਦਾ। ਬਾਣੀ ਵਿੱਚ ਗੁਰੂ ਫੈਸਲਾ ਦਿੰਦੇ ਨੇ, ਕਹਿੰਦੇ ਨੇ ਵੇਸੀ ਸਹੋ ਨਾ ਪਾਈਐ ਕਰ ਕਰ ਵੇਸ ਰਹੀ। ਬੜੇ ਵੇਸ ਕੀਤੇ, ਭਲਾ ਪਤਾ ਨਹੀਂ ਕਿਸ ਵੇਸ ਨਾਲ ਪ੍ਰਭੂ ਖੁਸ਼ ਹੋ ਜਾਏ। ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੌ ਮਿਲੇ ਸੇ ਵੇਸ ਕਰਿਓ। ਬੜੇ ਵੇਸ ਕੀਤੇ, ਘਰ ਘਰ ਵੇਸ ਰਹੀ। ਅਤੇ ਕਹਿਣ ਲੱਗੇ ਫਿਰ ਮਿਲਿਆ ਕਿਵੇਂ, ਨਾਨਕ ਤਿੰਨੀ ਸੌ ਪਾਇਆ, ਨਾਨਕ ਤਿੰਨੀ ਸੌ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ। ਦੱਸੋ ਇਸ ਤੋਂ ਸਪਸ਼ਟ ਫੈਸਲਾ ਕੀ ਹੁੰਦਾ ਹੈ? ਲੋ ਗੁਰੂ ਨਾਨਕ ਦਾ ਸਾਡੇ ਨਾਲ ਰਿਸ਼ਤਾ ਕੀ ਹੈ? ਗੁਰੂ ਨਾਨਕ ਨੂੰ, ਨਾਨਕ ਨੂੰ ਗੁਰੂ ਸ਼ਬਦ ਲੈ ਕੇ ਸੰਸਾਰ ਅੰਦਰ ਫੈਲਾਉਣ ਦੀ ਲੋੜ ਕਿਉਂ ਸੀ? ਫੈਲਾਇਆ ਹੈ, ਇਹ ਨਾਲ ਲਫ਼ਜ਼ ਕਹਿ ਦਿੱਤੇ, ਕਹਿਣ ਲੱਗੇ ਜੋ ਤਿਸ ਭਾਵੇ ਸੋ ਭਲਾ ਇਨ ਬੇਦਕੰਤ ਮਿਲੀ। ਅਗਲੀ ਲਾਈਨ ਹੈ, ਸਿਖਾਇਆ ਇਹ, ਸਿੱਖਿਆ ਕੀ ਸੀ?
ਪਹਿਲੇ ਲਫ਼ਜ਼ ਨਾਨਕ ਤਿੰਨੀ ਸੌ ਪਾਇਆ ਜਿਹਨੇ ਗੁਰ ਕੀ ਸਿੱਖ ਸੁਣੀ, ਅਤੇ ਉਸ ਸਿੱਖਿਆ ਵਿੱਚ ਕਿਹੜੇ ਲਫ਼ਜ਼ ਸਨ, ਕੀ ਫੈਸਲਾ ਸੀ ਜਿਹੜਾ ਸੰਸਾਰ ਨੂੰ ਦਿੱਤਾ? ਉਹ ਸੀ ਹੁਕਮ ਵਿੱਚ ਰਹਿਣਾ, ਜੋਤਿਸ ਭਾਵੇ। ਸੋ ਭਲਾ ਇਹਨ ਵਿਦ ਕੰਤ ਮਿਲੀ, ਜੇ ਕੰਤ ਨੂੰ ਮਿਲਾਪ ਨੂੰ ਮਿਲਾਪ ਚਾਹਣਾ ਹੈ ਤਾਂ ਨਿਰਾ ਚਾਓ ਨਹੀਂ, ਨਿਰਾ ਸ਼ਿੰਗਾਰ ਨਹੀਂ, ਨਿਰਾ ਵਿਖਾਵਾ ਭੇਖ ਅਤੇ ਬਾਣਾ ਨਹੀਂ, ਵਿਸ਼ਵਾਸ ਕਰ। ਜੇ ਕਦੇ ਵੇਖੀਏ ਵੇਸ ਅਤੇ ਸ਼ਿੰਗਾਰ ਤਾਂ ਫਿਰ ਵੇਸ ਵਾਵਾਂ ਵੀ ਕਰਦੀਆਂ ਨੇ, ਸੁਹਾਗਣੀ ਨਾਲੋਂ ਜ਼ਿਆਦਾ ਕਰਦੀਆਂ ਨੇ, ਪਰ ਕਿਹਦੇ ਲਈ ਕਰਦੀਆਂ ਨੇ ਇਹ ਫੈਸਲਾ ਨਹੀਂ ਕਰ ਸਕੀਆਂ। ਪਰ ਤੈਨੂੰ ਪਤਾ ਹੋਵੇ ਮੇਰਾ ਵੇਸ ਅਤੇ ਮੇਰਾ ਪਹਿਰਾਵਾ ਕਿਹਦੇ ਲਈ ਹੈ? ਸਤਿਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਜਵਾਬ ਦਿੱਤਾ। ਕਹਿੰਦੇ ਨੇ ਮੈਂ ਕਾਮਣ ਮੇਰਾ ਕੰਤ ਕਰਤਾ, ਮੈਂ ਕਾਮਣ ਮੇਰਾ ਕੰਤ ਕਰਤਾ, ਜਿਹਾ ਕਰਾਏ ਤੇਹਾ ਹੋ ਕਰੀ ਸ਼ਿੰਗਾਰ। ਇਸ ਤੋਂ ਸਪਸ਼ਟ ਕੀ ਹੁੰਦਾ ਹੈ? ਮੇਰਾ ਹੋਰ ਕੋਈ ਪਹਿਰਾਵਾ ਆਪਣੀ ਮਰਜ਼ੀ ਦਾ ਨਹੀਂ, ਮੇਰਾ ਹੋਰ ਕੋਈ ਸ਼ਿੰਗਾਰ ਆਪਣੀ ਮਰਜ਼ੀ ਦਾ ਨਹੀਂ, ਜੋ ਮੈਨੂੰ ਪਹਿਰਾ ਦੇਵੇ, ਜੋ ਮੈਨੂੰ ਖਵਾ ਦੇਵੇ, ਜੋ ਮੈਨੂੰ ਸਜਾ ਦੇਵੇ, ਜਿਹੜੇ ਗੁਣ ਮੈਨੂੰ ਦੇ ਦੇਵੇ, ਬਸ ਉਹੋ ਹੀ ਗੁਣ ਮੇਰਾ ਸ਼ਿੰਗਾਰ ਨੇ। ਇਸ ਲਈ ਮੈਂ ਇੱਕ ਲਫ਼ਜ਼ ਜਿਹੜੀ ਗੁਰੂ ਨਾਨਕ ਨੇ ਹੁਕਮ ਦੀ ਗੱਲ ਕੀਤੀ ਨਾ, ਇਹਨੇ ਬਿਦਕੰਤ ਮਿਲੀ, ਉਹਦੇ ਵਿੱਚ ਇੱਕ ਲਫ਼ਜ਼ ਕਹਿਣ ਲੱਗੇ, ਜੋ ਤੁਮ ਕਹੋ ਸੋਈ ਮੋਏ ਕਰਨਾ, ਜੇ ਵੇਖੋ ਤਹਾ ਤੁਮ ਬਸਣਾ। ਜੋ ਪਹਿਰਾਵੇ ਪਹਿਨਾ, ਜੋ ਖਵਾਵੇ ਖਾਵਾ, ਜਿਵੇਂ ਰੱਖੇ ਜਿਵੇਂ ਤੁਮ ਰੱਖੋ ਤੇ ਵੀ ਰਹਿਣਾ, ਇਹਨੂੰ ਹੈ ਹੁਕਮ ਵਿੱਚ ਰਹਿਣਾ। ਅਤੇ ਗੁਰੂ ਨਾਨਕ ਨੇ ਸਿੱਖੀ ਨੂੰ ਆ ਕੇ ਜਿਹੜਾ ਸੰਦੇਸ਼ ਦਿੱਤਾ ਨਾ, ਉਹ ਆਖਿਆ ਹੁਕਮ ਵਿੱਚ ਰਹਿਣਾ। ਆ ਸਿੱਖ ਦਾ ਸਰੂਪ ਕੀ ਹੈ? ਮੈਂ ਕਬੀਰ ਕਹਿੰਦਾ ਸਿੱਖ ਦਾ ਸਰੂਪ ਕੀ ਹੈ? ਮੈਂ ਕਈ ਵਾਰੀ ਕਹਿੰਦਾ ਕਿ ਬਾਕੀ ਕਕਾਰ ਤਾਂ ਅਸੀਂ ਬਾਜ਼ਾਰੋਂ ਖਰੀਦ ਸਕਦੇ ਹਾਂ, ਪਰ ਕੇਸ ਤਾਂ ਬਾਜ਼ਾਰੋਂ ਨਹੀਂ ਖਰੀਦੇ ਜਾ ਸਕਦੇ, ਇਹ ਤਾਂ ਰੱਬ ਨੇ ਦਿੱਤੇ ਨੇ, ਇਹ ਤਾਂ ਕਾਦਰ ਦੇ ਦਿੱਤੇ ਹੋਏ ਨੇ, ਉਹਨੇ ਹਿੰਦੂ ਨੂੰ ਵੀ ਦਿੱਤੇ ਨੇ, ਮੁਸਲਮਾਨ ਨੂੰ ਵੀ ਦਿੱਤੇ ਨੇ, ਈਸਾਈ ਨੂੰ ਵੀ ਦਿੱਤੇ ਨੇ, ਹਰ ਇੱਕ ਨੂੰ ਦਿੱਤੇ ਨੇ। ਜਿਹੜਾ ਕੇਸਾਂ ਦੀ ਸੰਭਾਲ, ਇਸੇ ਲਈ ਅਸੀਂ ਅਰਦਾਸ ਵਿੱਚ ਇੱਕ ਲਫ਼ਜ਼ ਕਹਿਣਾ, ਅਸੀਂ ਅਰਦਾਸ ਵਿੱਚ ਇੱਕ ਲਫ਼ਜ਼ ਪੈਣ, ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਅਰਦਾਸ ਹੈ ਨਾ, ਉਹਦੇ ਵਿੱਚ ਇਹਨੇ
ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈ, ਜਿਹੜੇ ਸਿੱਖ ਹੀ ਹੋਏ ਫਿਰ ਉਹਨੂੰ ਕੇਸ ਦਾਨ ਵੱਖਰਾ ਕਿਉਂ ਮੰਨਿਆ ਜਾਏ ਮੰਗਿਆ ਜਾਏ? ਇਸ ਤਾਂ ਸਾਰਿਆਂ ਨੂੰ ਮਿਲਣੇ ਨੇ ਅਤੇ ਅਸੀਂ ਇਸੇ ਲਈ ਲਫ਼ਜ਼ ਬਦਲੇ ਨੇ, ਸਿੱਖਾਂ ਨੂੰ ਸਿੱਖੀ ਦਾਨ, ਕੇਸਾਂ ਦੀ ਸੰਭਾਲ ਦਾਨ। ਗੁਰੂ ਨੇ ਸਾਨੂੰ ਕੇਸਾਂ ਦੀ ਸੰਭਾਲ ਬਖਸ਼ੀ ਹੈ ਅਤੇ ਇਹ ਆਖਿਆ ਵੀ ਇਹ ਕੇਸਾਂ ਦੀ ਸੰਭਾਲ ਜਿਹੜੀ ਹੈ ਇਹ ਉਹਦੇ ਹੁਕਮ ਵਿੱਚ ਹੈ, ਕਿਉਂਕਿ ਕੇਸ ਉਹਦੇ ਹੁਕਮ ਵਿੱਚ ਆਏ ਨੇ। ਤੂੰ ਬਾਜ਼ਾਰੋਂ ਨਹੀਂ ਲਵਾਏ, ਬਾਕੀ ਕਕਾਰ ਤਾਂ ਤੂੰ ਬਾਜ਼ਾਰੋਂ ਖਰੀਦੇ ਹੋਣਗੇ, ਉਹਦਾ ਕੋਈ ਹੋਰ ਬਣਾਏਗਾ, ਪਰ ਕੇਸ ਤੂੰ ਬਾਜ਼ਾਰੋਂ ਨਹੀਂ ਲਵਾਏ ਨਾ ਬਾਜ਼ਾਰੋਂ ਖਰੀਦਦੇ ਨੇ, ਉਹਦੇ ਹੁਕਮ ਵਿੱਚ ਆਏ ਨੇ। ਅਤੇ ਜੇ ਤੂੰ ਕੇਸਾਧਾਰੀ ਹੁੰਦਾ ਤੂੰ ਸਮਝ ਲੈ ਵੀ ਉਹਦੇ ਹੁਕਮ ਵਿੱਚ ਆਉਣਾ ਹੈ, ਗੱਲ ਤਾਂ ਸਿਰਫ ਆ ਹੈ। ਅਤੇ ਗੁਰੂ ਨਾਨਕ ਨੇ ਆ ਕੇ ਇਹੋ ਕੁਝ ਆਖੀ ਅਤੇ ਉਹਦਾ ਸ਼ਬਦ ਉਹਦੇ ਰਾਹੀਂ ਮਾਲਕ ਦਾ ਹੁਕਮ ਜਿਹੜਾ ਆਇਆ ਨਾ ਉਹੋ ਹੀ ਗੁਰੂ ਹੈ। ਨਾਨਕ ਦੇ ਨਾਲ ਜਦੋਂ ਸ਼ਬਦ ਜੁੜ ਗਿਆ, ਜਦੋਂ ਉਸ ਘਰ ਦੇ ਅੰਦਰ ਸ਼ਬਦ ਵੱਸ ਗਿਆ, ਬਾਣੀ ਵੱਸ ਗਈ, ਉਹਦਾ ਦੋ ਨਾਂ ਇਕੱਠੇ ਹੋ ਗਏ, ਗੁਰੂ ਅਤੇ ਨਾਨਕ। ਮੈਂ ਤਾਂ ਕਾਲੂ ਦਾ ਪੁੱਤਰ ਨਾਨਕ ਅਤੇ ਰੱਬ ਦਾ ਪੁੱਤਰ ਸ਼ਬਦ ਉਹਦੇ ਵਿੱਚੋਂ ਪੈਦਾ ਹੋਇਆ ਹੋਇਆ, ਦੋ ਨਾਂ ਇਕੱਠੇ ਹੋ ਗਏ। ਅਤੇ ਜਦੋਂ ਦੋ ਨਾਂ ਇਕੱਠੇ ਹੋਏ ਫਿਰ ਦੋਵਾਂ ਦਾ ਸੁਮੇਲ, ਜਿਵੇਂ ਸਿੰਘ ਅਤੇ ਦਰਸ਼ਨ ਦੋ ਲਫਜ਼ ਇਕੱਠੇ ਹੋ ਜਾਣਗੇ, ਨਹੀਂ ਤਾਂ ਇਕੱਲਾ ਇੱਕ ਨਾਮ ਤਾਂ ਫਿਰ ਮਾਤਾ ਪਿਤਾ ਨੇ ਰੱਖਿਆ, ਦੋ ਨਾਂ ਇਕੱਠੇ ਹੋ ਜਾਣਗੇ। ਇਸੇ ਤਰ੍ਹਾਂ ਨਾਨਕ ਨਾਮ ਮੈਂ ਤੇ ਕਾਲੂ ਦਾ ਅਤੇ ਗੁਰੂ ਨਾਮ ਮੇਰੇ ਰੱਬ ਦਾ, ਦੋਵਾਂ ਨੂੰ ਮਿਲਾ ਕੇ ਅਸੀਂ ਗੁਰੂ ਨਾਨਕ ਆਖਦੇ ਹਾਂ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ, ਇਸੇ ਤਰ੍ਹਾਂ ਸੰਸਾਰ ਅੰਦਰ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਦੋਂ ਮੈਂ ਅਰਜ਼ ਕੀਤੀ ਸੀ, ਕਦੇ ਵੇਖਿਆ ਜੇ ਕਿ ਉਹਨੂੰ ਡਾਕਟਰ ਦੇ ਘਰ ਪੈਦਾ ਹੋਣ ਤੋਂ ਬਾਅਦ ਆਖਣ ਉਸ ਬੱਚੇ ਦੇ ਨਾਂ ਨਾਲ ਡਾਕਟਰ ਲਾ ਦੇਣ? ਨਹੀਂ, ਜਦੋਂ ਡਿਗਰੀ ਆਉਂਦੀ ਹੈ ਨਾ ਉਹਦੇ ਕੋਲ, ਉਹ ਪੜ੍ਹਾਈ ਉਹਦੇ ਅੰਦਰ ਆ ਜਾਂਦੀ ਹੈ, ਡਿਗਰੀ ਉਹਨੂੰ ਮਿਲ ਜਾਂਦੀ ਹੈ ਵੀ ਇਹਨੇ ਡਾਕਟਰੀ ਕਰ ਲਈ, ਫਿਰ ਉਹ ਆਪਦੇ ਨਾਂ ਨਾਲ ਡਾਕਟਰ ਵੀ ਲਿਖ ਸਕਦਾ ਹੈ, ਡਾਕਟਰ ਹੁਕਮ ਸਿੰਘ। ਫਿਰ ਉਹਨੂੰ ਲੋਕ ਵੀ ਬੁਲਾਉਂਦੇ ਨੇ ਡਾਕਟਰ ਹੁਕਮ ਸਿੰਘ, ਉਸ ਤੋਂ ਪਹਿਲਾਂ ਕੋਈ ਨਹੀਂ ਬੁਲਾਉਂਦਾ, ਨਾ ਉਹ ਆਪਣੇ ਦਰਵਾਜ਼ੇ 'ਤੇ ਇਸ ਕਿਸਮ ਦੀ ਫੱਟੀ ਲਗਾ ਸਕਦਾ ਵੀ ਇਹ ਡਾਕਟਰ ਦਾ ਘਰ ਹੈ, ਨਹੀਂ, ਜਿੰਨਾ ਚਿਰ ਡਿਗਰੀ ਨਾ ਆ ਜਾਏ। ਇਸੇ ਤਰ੍ਹਾਂ ਜਿੰਨੀ ਦੇਰ ਗੁਰੂ ਸ਼ਬਦ ਅੰਦਰ ਪ੍ਰਵੇਸ਼ ਨਾ ਕਰੇ ਓਨੀ ਦੇਰ ਇੱਕ ਖਿਆਲ ਕਰਿਓ ਓਨੀ ਦੇਰ ਸਿੱਖ ਵੀ ਨਹੀਂ ਅਖਵਾ ਸਕਦਾ। ਗੁਰੂ ਨਾਨਕ ਦੇ ਅੰਦਰ ਗੁਰੂ ਸ਼ਬਦ ਪ੍ਰਵੇਸ਼ ਕਰ ਗਿਆ, ਗੁਰੂ ਨਾਨਕ ਤਾਂ ਬਣਿਆ। ਇਸ ਲਈ ਇੱਕ ਖਿਆਲ ਕਰਿਓ, ਅੱਜ ਦਾ ਦਿਹਾੜਾ ਅਸੀਂ ਇੱਕ ਨਹੀਂ ਕਰ ਸਕੇ, ਕਿਉਂਕਿ ਅਸੀਂ ਗੁਰੂ ਨਾਨਕ ਦਾ ਏਕਾ ਨਹੀਂ ਸਮਝ ਸਕੇ।
ਪਜਾ ਇਸ ਗੱਲ ਦੇ ਕਿ ਸਾਡਾ ਅੰਮ੍ਰਿਤ ਇੱਕ ਹੋ ਜਾਂਦਾ, ਸਾਡੀ ਰਹਿਰਾਸ ਇੱਕ ਹੋ ਜਾਂਦੀ, ਸਾਡੀ ਨਿਤਨੇਮ ਇੱਕ ਹੋ ਜਾਂਦਾ, ਸਾਡਾ ਅੰਮ੍ਰਿਤ ਇੱਕ ਹੁੰਦਾ, ਸਾਡਾ ਨਿਤਨੇਮ ਇੱਕ ਹੁੰਦਾ, ਬਜਾਏ ਇਸ ਗੱਲ ਦੇ ਅਸੀਂ ਨਾਨਕ ਦੇ ਦਿਹਾੜੇ ਹੀ ਦੋ ਕਰ ਦਿੱਤੇ, ਨਾਨਕ ਦੇ ਦਿਹਾੜੇ ਦੋ ਕਰ ਦਿਓ। ਹੁਣ ਗੁਰੂ ਦੇ ਦਿਹਾੜੇ ਤਾਂ ਦੋ ਕਰ ਨਹੀਂ ਸਕਦੇ ਕਿਉਂਕਿ ਗੁਰੂ ਜਨਮ ਮਰਨ ਤੋਂ ਰਹਿਤ ਹੈ, ਨਾਨਕ ਦੇ ਕਰ ਸਕਦੇ। ਹੁਣ ਦਾ ਨਤੀਜਾ ਨਿਕਲਿਆ ਕਿ ਅਸੀਂ ਨਵੰਬਰ 'ਚ ਮਨਾਉਣ ਲੱਗ ਪਏ। ਮੈਂ ਹੈਰਾਨ ਹਾਂ, ਮਜ਼ਬੂਰ ਨੇ ਅੱਜ, ਤੁਸੀਂ ਮੈਂ ਕਈ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਅੱਜ ਵੀ ਤੁਸੀਂ ਕਢਾ ਕੇ ਦੇਖ ਲਓ ਕਦੀ ਵੈਬਸਾਈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਆਰੰਭ ਵਿੱਚ ਪਹਿਲਾਂ ਦਸਾਂ ਪਾਤਸ਼ਾਹੀਆਂ ਦਾ ਜੀਵਨ ਲਿਖਿਆ ਹੋਇਆ, ਅਤੇ ਉੱਥੇ ਗੁਰੂ ਨਾਨਕ ਦਾ ਜੀਵਨ ਜਿੱਥੇ ਆਰੰਭ ਹੁੰਦਾ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ, ਉਹਨੂੰ ਖੋਲ੍ਹ ਕੇ ਦੇਖਿਓ, ਉਹਦੇ ਵਿੱਚ ਵੀ ਉਹ ਮਜ਼ਬੂਰ ਨੇ ਸੱਚ ਲਿਖਣਾ ਪਿਆ, ਉੱਥੇ ਲਿਖਿਆ ਹੋਇਆ ਕਿ ਪਹਿਲੀ ਵਿਸਾਖ ਨੂੰ ਗੁਰੂ ਨਾਨਕ ਦਾ ਜਨਮ ਹੈ, ਨਾਨਕ ਦਾ ਜਨਮ ਹੈ। ਪਰ ਨਾਲ ਅਗਲੇ ਪਾਸੇ ਲਿਖ ਦਿੱਤਾ ਕਿ ਅਸੀਂ ਸੈਲੀਬ੍ਰੇਟ ਕਰਨੇ ਹਾਂ ਜਾ ਕੇ ਨਵੰਬਰ ਨੂੰ। ਕਿਉਂ ਬਈ, ਤੁਸੀਂ ਆਪਣੇ ਕਿਸੇ ਪਰਿਵਾਰ ਦਾ ਸਰੀਰ ਦਾ, ਭਾਵੇਂ ਸਰੀਰ ਦਾ ਮਸਲਾ ਇੱਥੇ ਕਿ ਆਤਮਾ ਦਾ, ਜੀਉ ਦਾ, ਗੁਰੂ ਦਾ ਨਹੀਂ, ਗੁਰੂ ਤਾਂ ਜਨਮ ਮਰਨ ਤੋਂ ਰਹਿਤ ਹੈ, ਇੱਕ ਖਿਆਲ ਕਰਿਓ। ਪਰ ਜੇ ਸਰੀਰ ਕਰਕੇ ਵੀ ਆਪਣੇ ਕਿਸੇ ਬੱਚੇ ਦਾ ਜਨਮ ਦਿਨ ਕਦੇ ਐਸਾ ਮਨਾਇਆ ਜੇ ਵੀ ਹੋਵੇ ਵਿਸਾਖ ਦਾ, ਤਾਂ ਤੁਸੀਂ ਆਖੋ ਚਲੋ ਨਵੰਬਰ 'ਚ ਮਨਾ ਲਵਾਂਗੇ। ਜਦ ਤੁਸੀਂ ਆਪ ਲਿਖ ਰਹੇ ਹੋ, ਜਦੋਂ ਤੁਸੀਂ ਆਪ ਮੰਨ ਰਹੇ ਹੋ, ਇਹ ਗੱਲ ਵੱਖਰੀ ਹੈ ਕਿ ਸਮਾਂ ਆਉਣ ਨਾਲ ਹੌਲੀ ਹੌਲੀ ਜਾਗਰਤੀ ਆਈ, ਅੱਜ ਹਰ ਪਾਸੇ ਇਹ ਆਵਾਜ਼ ਹੈ। ਅਸੀਂ ਵੀ ਇਸੇ ਲਈ ਖੁੱਲ੍ਹ ਕੇ ਇਹ ਗੱਲ ਸਪਸ਼ਟ ਕਰਦੇ ਹਾਂ ਕਿ ਅੱਜ ਦਾ ਦਿਹਾੜਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰ ਦੇ ਧਾਰਨ ਕਰਨ ਦਾ, ਸਰੀਰ ਦੇ ਜਨਮ ਲੈਣ ਦਾ ਦਿਹਾੜਾ ਹੈ। ਇਹਦੇ ਵਿੱਚ ਪ੍ਰਵੇਸ਼ ਹੋਇਆ ਹੈ ਗੁਰੂ, ਅਤੇ ਗੁਰੂ ਪ੍ਰਵੇਸ਼ ਕਹਾਉਣ ਨਾਲ ਉਹ ਸੰਸਾਰ ਦਾ ਥੰਮ ਬਣ ਗਿਆ ਹੈ, ਕਿਉਂਕਿ ਸੰਸਾਰ ਨੂੰ ਗੁਰੂ ਚਾਹੀਦਾ ਸੀ, ਸੰਸਾਰ ਨੂੰ ਗੁਰੂ ਚਾਹੀਦਾ ਸੀ। ਅੱਜ ਸਵੇਰੇ ਹੀ ਮੈਂ ਗੁਰਬਾਣੀ ਦੀ ਇੱਕ ਲਾਈਨ ਮੇਰੇ ਸਾਹਮਣੇ ਆਈ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਜਦੋਂ ਸੰਸਾਰ ਮੇਦਨੀ ਧਰਤੀ ਕਲਮਲ ਹੋਈ, ਔੜ ਲੱਗ ਗਈ, ਹਰ ਪਾਸੇ ਸੁਕੇਵਾਂ ਆ ਗਿਆ, ਉਹਨੇ ਅਰਦਾਸ ਕੀਤੀ ਅਤੇ ਅਰਦਾਸ ਮੇਰੇ ਰੱਬ ਨੇ ਸੁਣ ਲਈ। ਗੁਰਬਾਣੀ ਦੀ ਤੋਂ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ, ਧੀਰਕ ਦਿੱਤੀ, ਧੀਰਜ ਦਿੱਤੀ, ਫਿਕਰ ਨਾ ਕਰ, ਮੈਂ ਇੰਦਰੇ ਨੂੰ ਫੁਰਮਾਇਆ, ਮੈਂ ਬੱਦਲਾਂ ਨੂੰ ਹੁਕਮ ਕਰਨਾ ਬਾਰਿਸ਼ ਪਵੇ ਅਤੇ ਤੇਰਾ ਸੁਪੇਵਾ ਦੂਰ ਹੋ ਜਾਏ। ਇਸੇ ਤਰ੍ਹਾਂ ਸੰਸਾਰ ਅੰਦਰ ਜਦੋਂ ਉਹ ਸਮਝ ਆਇਆ ਕਿ ਕਲਕਾਤੀ ਰਾਜੇ ਕਸਾਈ, ਧਰਮ ਪੰਕਰ ਉੱਡ ਰਿਹਾ ਕੂੜ, ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹਾਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਜਦੋਂ ਧਰਤੀ ਨੇ, ਸੰਸਾਰ ਨੇ, ਕੁਦਰਤ ਨੇ, ਮਨੁੱਖਤਾ ਨੇ ਅੰਧੇਰੇ ਰਾਹ ਨਾ ਕੋਈ ਦੀ ਅਰਦਾਸ ਕੀਤੀ, ਮੇਰੇ ਰੱਬ ਨੇ ਆਖਿਆ ਮੈਂ ਨਾਨਕ ਨੂੰ ਭੇਜਣਾ ਭੇਜਿਆ। ਇਵੇਂ ਨਹੀਂ, ਆ ਹੁਣੇ ਸ਼ਬਦ ਆ ਰਿਹਾ ਸੀ ਕਿ ਸਗਲ ਇੱਛਾ
ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀ। ਅਤੇ ਅਗਲੇ ਪਾਸੇ ਲਫ਼ਜ਼ ਸਨ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਅਤੇ ਅਗਲੀ ਲਾਈਨ ਸੀ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ। ਅਤੇ ਸਿਰਫ ਗੁਰਬਾਣੀ, ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ। ਸਤਿਗੁਰੂ ਨੇ ਆਖਿਆ ਕਿ ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰੇ ਹੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉੱਥੇ ਲਫ਼ਜ਼ ਗੁਰੂ ਨਾਨਕ, ਉੱਥੇ ਇਕੱਲਾ ਨਾਨਕ ਨਹੀਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੱਥੇ ਬਸ ਨਹੀਂ, ਭਾਈ ਨੰਦ ਲਾਲ ਜੀ ਨੇ ਵੀ ਬੜਾ ਸਪਸ਼ਟ ਲਫ਼ਜ਼ ਇੱਕ ਵਰਤਿਆ, ਕਹਿਣ ਲੱਗੇ ਗੁਰੂ ਨਾਨਕ ਆਮਦੋ ਨਾਰਾਇਣ ਸਰੂਪ, ਹੁਮਾਨਾ ਨਿਰੰਜਨ ਨਿਰੰਕਾਰ ਰੂਪ। ਇੱਥੇ ਬਸ ਨਹੀਂ, ਕੱਲ੍ਹ ਵੀ ਇੱਕ ਸ਼ਬਦ ਭਾਈ ਸਾਹਿਬ ਪੜ੍ਹ ਰਹੇ ਸਨ, ਉਹਦੇ ਲਫ਼ਜ਼ ਕੀ ਸਨ ਕਿ ਮੈਂ ਦੁਨੀਆ ਨੂੰ, ਗੁਰਬਾਣੀ ਅੰਦਰ ਸਪਸ਼ਟ ਸੀ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਜਦੋਂ ਪਾਰ ਬ੍ਰਹਮ ਅਤੇ ਗੁਰੂ ਵਿੱਚ ਭੇਦ ਨਹੀਂ ਨਾ, ਉਹਦਾ ਮਤਲਬ ਇਹ ਨਹੀਂ ਕਿ ਸਰੀਰ ਗੁਰੂ ਹੋ ਗਿਆ ਹੈ। ਜਿਵੇਂ ਘਰ ਨੂੰ ਕਦੀ ਮਾਲਕ ਨਹੀਂ ਆਖੀਦਾ, ਕਿਉਂਕਿ ਗੱਲ ਇੱਥੇ ਚੱਲੀ ਸੀ, ਘਰ ਅਤੇ ਘਰ ਦਾ ਵਸਨੀਕ ਦੋਵਾਂ ਦਾ ਅਟੁੱਟ ਰਿਸ਼ਤਾ ਹੈ, ਕਿਉਂਕਿ ਚਾਬੀ ਘਰ ਦੀ ਮਾਲਕ ਕੋਲ ਹੈ। ਜਿਸ ਘਰ ਦੀ ਚਾਬੀ ਕਿਸੇ ਕੋਲ ਨਹੀਂ, ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ, ਗੁਰਸੋ ਪਾਈ ਅਨਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਨਾਈ। ਕੋਸ਼ਿਸ਼ ਕਰੇ ਗੁਰਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ। ਘਰ ਨੂੰ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਗੁਰਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਉ ਗੁੜੇ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ, ਤਾਕ ਕਹਿੰਦੇ ਨੇ ਦਰਵਾਜ਼ੇ ਨੂੰ, ਡੋਰ, ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ, ਕਿਸੇ ਹੋਰ ਨੂੰ ਤੇ ਹੱਥ ਕੁੰਜੀ ਹੈ ਹੀ ਨਹੀਂ, ਕੁੰਜੀ ਮੇਰੇ ਮਾਲਕ ਨੇ ਨਾਨਕ ਨੂੰ ਦੇ ਕੇ ਭੇਜਿਆ, ਹੁਣ ਉਹ ਗੁਰੂ ਨਾਨਕ ਹੈ। ਇਸ ਲਈ ਉਹਦਾ ਗੁਰੂ ਰੂਪ ਵਿੱਚ ਅਕਾਲ ਪੁਰਖ ਦਾ ਆ ਜਾਣਾ, ਅਤੇ ਨਾਨਕ ਦੇ ਘਰ ਰੂਪੀ ਤਨ ਵਿੱਚ ਆ ਕੇ ਆਪਣੀ ਰਿਹਾਇਸ਼ ਕਰ ਲੈਣਾ, ਇਸ ਦਾ ਨਾਂ ਗੁਰੂ ਨਾਨਕ ਹੈ। ਅਤੇ ਹੁਣ ਉਸ ਤਨ ਵਿੱਚ, ਉਸ ਘਰ ਵਿੱਚ ਚਾਓ ਪੈਦਾ ਹੋ ਗਿਆ, ਜਿਹਦਾ ਜ਼ਿਕਰ ਗੁਰਬਾਣੀ ਨੇ ਕੀਤਾ। ਅਤੇ ਕਹਿੰਦੇ ਨੇ, ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ, ਆਓ ਸੱਜਣਾ ਹਉ ਦੇਖਾ ਦਰਸ਼ਨ ਤੇਰਾ। ਆਪ ਨੜੇ ਘਰ ਆਪ ਨੜੇ ਖੜੀ ਤੱਕਾ
ਘਰ ਆਪਣੇ ਖੜੀ ਤੱਕਾ ਮੈਂ ਮਨ ਚਾਓ ਘਨੇਰਾ ਘਨੇਰਾ ਘਰ ਆਪਣੇ ਖੜੀ ਤੱਕਾ ਘਰ ਆਪਣੇ ਖੜੀ ਮੈਂ ਮਨ ਚਾਓ ਘਨੇਰਾ ਰਾਮ ਮੈਂ ਮਨ ਚਾਓ ਘਨੇਰਾ ਰਾਮ ਮੈਂ ਮਨ ਚਾਓ ਘਨੇਰਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਉਹ ਸਰੀਰ ਉਹ ਕਾਇਆ ਉਹ ਤਨ ਰੂਪੀ ਘਰ ਅੱਜ ਧਰਤੀ 'ਤੇ ਆਇਆ ਜਿਸ ਵਿੱਚ ਮੇਰੇ ਰੱਬ ਨੇ ਆਪਣਾ ਟਿਕਾਣਾ ਬਣਾਇਆ ਸ਼ਬਦ ਰੂਪ ਹੋ ਕੇ ਅਤੇ ਉਸ ਸ਼ਬਦ ਨਾਲ ਸਾਰੇ ਸੰਸਾਰ ਨੂੰ ਸਿੰਜਿਆ ਗੁਰਬਾਣੀ ਹੈ ਕਿ ਆਪ ਨਾਰਾਇਣ ਕਲਾ ਦਾਰ ਜਗ ਮੇਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਅਤੇ ਅਗਲੇ ਪਾਸੇ ਕਹਿ ਲਿੱਤਾ ਜੈ ਕੈ ਤੈ ਭਰਪੂਰ ਸ਼ਬਦ ਦੀ ਪਦਗੀ ਦਿਵਾਇਓ ਜੈ ਕੈ ਤੈ ਦਾ ਮਤਲਬ ਹੁੰਦਾ ਜਿੱਥੇ ਕਿਤੇ ਹਰ ਥਾਂ 'ਤੇ ਜੈ ਕੈ ਤੈ ਭਰਪੂਰ ਸ਼ਬਦ ਦੀਪਕ ਦਿਪਾਇਓ ਅਤੇ ਅਗਲੇ ਪਾਸੇ ਇੱਕ ਫੈਸਲਾ ਦਿੱਤਾ ਕਹਿਣ ਲੱਗੇ ਜੈ ਸਿੱਖੈ ਸੰਗ੍ਰਹਿਓ ਜਿਸ ਸਿੱਖ ਨੇ ਵੀ ਗੁਰੂ ਨਾਨਕ ਸ਼ਬਦ ਦਾ ਜਿਹੜਾ ਉਹਨੇ ਦੀਪਕ ਹਰ ਪਾਸੇ ਜਗਾਇਆ ਸੀ ਉਹਦੀ ਰੋਸ਼ਨੀ ਨੂੰ ਸੰਗ੍ਰਹਿ ਕੀਤਾ ਆਪਣੇ ਅੰਦਰ ਜਗਾਇਆ ਜਾਂ ਸਿੱਖੈ ਸੰਗ੍ਰਹਿਓ ਤੱਤ ਹਰ ਚਰਨ ਮਿਲਾਇਓ ਉਹਨੂੰ ਤੱਤ ਇੱਕ ਸਕਿੰਟ ਵਿੱਚ ਪ੍ਰਭੂ ਦਾ ਮਿਲਾਪ ਹੋ ਗਿਆ ਰੱਬ ਕਿਉਂਕਿ ਅੰਦਰ ਬੈਠਾ ਸੀ ਸ਼ਬਦ ਦੇ ਗੁਰਬਾਣੀ ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦਿਪਾਇਓ ਜੈ ਸਿੱਖੈ ਸੰਗ੍ਰਹਿਓ ਤੱਤ ਹਰ ਚਰਨ ਮਿਲਾਇਓ ਇਸ ਲਈ ਗੁਰੂ ਨਾਨਕ
ਰੱਬ ਦੇ ਮਿਲਾਪ ਦਾ ਇੱਕ ਸਾਧਨ ਸੀ, ਆਪਣੇ ਨਾਲ ਲੈ ਕੇ ਆਇਆ ਸੀ, ਜਿਸ ਲਈ ਸਾਡੇ ਮਨਾਂ ਅੰਦਰ ਰੱਬ ਨੂੰ ਮਿਲਾਪ ਦੀ ਤਾਂਘ ਰੱਖਣ ਵਾਲੇ ਮਨਾਂ ਅੰਦਰ ਗੁਰੂ ਨਾਨਕ ਦੇ ਆਮਦ ਦਾ ਇੱਕ ਚਾਓ ਹੈ। ਉਹ ਚਾਓ ਹੀ ਸਾਡੀਆਂ ਖੁਸ਼ੀਆਂ ਨੇ। ਸਤਿਗੁਰੂ ਨੇ ਆਖਿਆ, ਆਓ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪ ਨੜੇ ਖੜੀ ਤੱਕਾਂ, ਮੈਂ ਮਨ ਚਾਓ ਘਨੇਰਾ ਰਾਮ। ਇਹਨਾਂ ਸ਼ਬਦਾਂ ਨਾਲ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਮਦ ਦੀ ਵਧਾਈ ਦਿੰਦਾ ਹੋਇਆ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।